ਜੋ ਵਿਚਕਾਰ ਆਵੇਗਾ ਉਹ ਮਾਰਿਆ ਜਾਵੇਗਾ, ਤੁਸੀਂ ਵਿੱਚ ਨਾ ਆਵੋ। ਇਹ ਦੱਸ ਰਹੀ ਹੈ ਦੋਹਰੇ ਕਤਲਕਾਂਡ ਦੀ ਚਸ਼ਮਦੀਦ, ਜਿਸਨੇ ਗਾਲੀ ਗਲੋਚ ਤੋਂ ਲੈ ਕੇ ਸ਼ਰੇਆਮ ਚਾਕੂ ਦੇ ਨਾਲ ਬਾਹਰ ਤੱਕ ਆਪਣੇ ਅੱਖੀ ਵੇਖਿਆ। 9 ਵਜੇ ਕਰੀਫ ਆਏ, ਉਸਕੇ ਬਾਅਦ ਮੈਂ ਇਹਨਾਂ ਨੇ ਕਿਆ ਕੀਆ, ਇੱਕ ਦੋ ਇਨਕੀ ਗਾਲੀ ਗੁਲੀ ਹੋਣੇ ਲੱਗੀ ਤੋ ਮੈਨੇ ਮਨਾ ਕੀਆ, ਮੈਂ ਕਿਹਾ ਭਾਈ ਆਪ ਲੋਕ ਗਾਲੀ ਗੁਆ ਨਾ ਕਰੋ, ਆਪ ਉਸਮੇ ਆਪਕਾ ਮੈਟਰ ਹੈ ਨਿਪਟ ਲੋ। ਫਿਰ ਮੈਨੇ ਇਨਕੋ ਬੋਲਾ ਭਾਈ ਛੋੜ ਦੋ, ਆਪ ਬਾਤ ਖਤਮ ਕਰੋ, ਜੋ ਹੁਆ ਤੋ ਅਲਗ ਹਟੋ। ਮੇਰੇ ਕੋ ਲੇਡੀਜ਼ ਬੋਲੀ ਕਿ ਅਗਰ ਬੀਚ ਮੈਂ ਆਪ ਆਓਗੇ ਤੋ ਆਪ ਵੀ ਮਾਰੀ ਜਾਓਗੇ, ਜੋ ਬੀਚ ਮੈਂ ਆਏਗਾ ਉਹ ਮਾਰਾ ਜਾਏਗਾ, ਜੋ ਇਨਕੇ ਸਾਥ ਮੈਂ ਰਹੇਗਾ ਉਹ ਵੀ ਮਾਰਾ ਜਾਏਗਾ। ਤੋ ਉਸਕੇ ਚੱਕੂ ਯਹਾਂ ਪੇ ਮਾਰੀ ਤੋ ਇਸਕੇ ਇਤਨੀ ਚੱਕੂ ਲੱਗੀ ਥੀ। ਹਮ ਮੈਨੇ ਤੋ ਇਹ ਦੇਖਾ ਕੋਲ ਲੈ ਕੇ ਆ ਰਹਾ ਤਾ ਹੈ ਸੋਰ ਸਾਰਾ ਹੋ ਰਹਾ। ਹਾਂ ਫਿਰ ਜਿਨ ਕੋ ਚਾਕੂ ਚੁੱਕੂ ਲਗੇ ਥੇ ਕਿਸੇ ਕੋ, ਇਨਕੇ ਚਾਕੂ ਕੋ ਲਗੇ। ਹਾਂ ਫਿਰ ਕੀ ਕੀਆ ਉਸਕੇ ਬਾਅਦ? ਉਸਕੇ ਬਾਅਦ ਉਹ ਵਹਾਂ ਗਿਰ ਗਏ। ਔਰਤ ਥੀ ਵਹਾਂ ਪਰ? ਹਾਂ ਔਰਤ ਥੀ। ਔਰ ਆਦਮੀ ਕਹਾਂ ਗਿਰਾ ਪੜਾ ਥਾ? ਵੋ ਅੰਦਰ ਪੜਾ ਥਾ। ਦੋਨੋਂ ਮਰ ਗਏ ਥੇ? ਹਾਂ। ਧਰਤੀ ਖੂਨ ਨਾਲ ਲੱਥਪੱਥ ਹੈ, ਇੱਕ ਪਾਸੇ ਉੱਤੇ ਇਸ ਤਰ੍ਹਾਂ ਹਥਿਆਰ ਪਿਆ ਜਿਸ ਦੇ ਨਾਲ ਰਾਤ ਦੇ ਹਨੇਰੇ ਵਿੱਚ ਫਾਇਦਾ ਚੁੱਕੇ ਹਮਲਾਵਰਾਂ ਨੇ ਇਸ ਘਰ 'ਚ ਵੜ ਕੇ ਦੋਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ। ਪ੍ਰਵਾਸੀ ਪਤੀ ਪਤਨੀ ਇਸੇ ਮਕਾਨ 'ਚ ਕਿਰਾਏ 'ਤੇ ਰਹਿੰਦੇ ਸਨ, ਪਤੀ ਬਬਲੂ ਦੀ ਮੌਕੇ 'ਤੇ ਮੌਤ ਹੋ ਗਈ, ਪਤਨੀ ਮਨਸੂਰਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹਨਾਂ ਦੀ ਜੀ ਕੁਛ ਟਾਈਮ ਤੋਂ ਥੋੜ੍ਹੀ ਬਹੁਤ ਅਣਬਣ ਚੱਲ ਰਹੀ ਸੀਗੀ, ਥੋੜ੍ਹੀ ਬਹੁਤ ਇੰਨੀ ਕੋਈ ਜ਼ਿਆਦਾ ਮੇਜਰ ਇਸ਼ੂ ਨੂੰ ਲੈ ਕੇ ਤਾਂ ਨਹੀਂ ਸੀ, ਪਰ ਜਦੋਂ ਇਹ ਪਰਸੋਂ ਉੱਥੋਂ ਸਮਾਨ ਲੈਣ ਗਏ ਉਦੋਂ ਇਹਨਾਂ ਦੀ ਜ਼ਿਆਦਾ ਤਕਰਾਰਬਾਜ਼ੀ ਹੋ ਗਈ ਅਤੇ ਦੋਨੋਂ ਪਾਸਿਆਂ ਨੇ ਇੱਕ ਦੂਜੇ ਦੇ ਨਾਲ ਕਾਫ਼ੀ ਕਹਾ ਸੁਣੀ ਹੋਈ ਅਤੇ ਇੱਕ ਜਿਹੜਾ ਅਕਿਊਜ਼ਡ ਸੀਗਾ ਚਰਨਪ੍ਰੀਤ ਸਿੰਘ ਆਲੀਅਸ ਮੁੰਨੂ, ਉਹਦੇ ਕੋਲ ਜਿਹੜਾ ਚਾਕੂ ਸੀਗਾ ਅਤੇ ਚਾਕੂ ਨਾਲ ਉਹਨੇ ਵਾਰ ਕਰਕੇ ਦੋਨਾਂ ਦਾ ਕਤਲ ਕਰ ਦਿੱਤਾ। ਬੰਗਾਲ ਦਾ ਰਹਿਣ ਵਾਲਾ ਇਹ ਜੋੜਾ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਹਮਲਾਵਰ ਪਹਿਲਾਂ ਇਸੇ ਹੀ ਮਕਾਨ 'ਚ ਰਹਿੰਦੇ ਸਨ ਤੇ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਸੀ। ਪੁਲਿਸ ਨੇ ਮਹਿਲਾ ਦੇ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਜੋ ਵਿਚਕਾਰ ਆਵੇਗਾ ਉਹ ਮਾਰਿਆ ਜਾਵੇਗਾ, ਤੁਸੀਂ ਵਿੱਚ ਨਾ ਆਵੋ। ਇਹ ਦੱਸ ਰਹੀ ਹੈ ਦੋਹਰੇ ਕਤਲਕਾਂਡ ਦੀ ਚਸ਼ਮਦੀਦ, ਜਿਸਨੇ ਗਾਲੀ ਗਲੋਚ ਤੋਂ ਲੈ ਕੇ ਸ਼ਰੇਆਮ ਚਾਕੂ ਦੇ ਨਾਲ ਬਾਹਰ ਤੱਕ ਆਪਣੇ ਅੱਖੀ ਵੇਖਿਆ। 9 ਵਜੇ ਕਰੀਫ ਆਏ, ਉਸਕੇ ਬਾਅਦ ਮੈਂ ਇਹਨਾਂ ਨੇ ਕਿਆ ਕੀਆ, ਇੱਕ ਦੋ ਇਨਕੀ ਗਾਲੀ ਗੁਲੀ ਹੋਣੇ ਲੱਗੀ ਤੋ ਮੈਨੇ ਮਨਾ ਕੀਆ, ਮੈਂ ਕਿਹਾ ਭਾਈ ਆਪ ਲੋਕ ਗਾਲੀ ਗੁਆ ਨਾ ਕਰੋ, ਆਪ ਉਸਮੇ ਆਪਕਾ ਮੈਟਰ ਹੈ ਨਿਪਟ ਲੋ। ਫਿਰ ਮੈਨੇ ਇਨਕੋ ਬੋਲਾ ਭਾਈ ਛੋੜ ਦੋ, ਆਪ ਬਾਤ ਖਤਮ ਕਰੋ, ਜੋ ਹੁਆ ਤੋ ਅਲਗ ਹਟੋ। ਮੇਰੇ ਕੋ ਲੇਡੀਜ਼ ਬੋਲੀ ਕਿ ਅਗਰ ਬੀਚ ਮੈਂ ਆਪ ਆਓਗੇ ਤੋ ਆਪ ਵੀ ਮਾਰੀ ਜਾਓਗੇ, ਜੋ ਬੀਚ ਮੈਂ ਆਏਗਾ ਉਹ ਮਾਰਾ ਜਾਏਗਾ, ਜੋ ਇਨਕੇ ਸਾਥ ਮੈਂ ਰਹੇਗਾ ਉਹ ਵੀ ਮਾਰਾ ਜਾਏਗਾ। ਤੋ ਉਸਕੇ ਚੱਕੂ ਯਹਾਂ ਪੇ ਮਾਰੀ ਤੋ ਇਸਕੇ ਇਤਨੀ ਚੱਕੂ ਲੱਗੀ ਥੀ। ਹਮ ਮੈਨੇ ਤੋ ਇਹ ਦੇਖਾ ਕੋਲ ਲੈ ਕੇ ਆ ਰਹਾ ਤਾ ਹੈ ਸੋਰ ਸਾਰਾ ਹੋ ਰਹਾ। ਹਾਂ ਫਿਰ ਜਿਨ ਕੋ ਚਾਕੂ ਚੁੱਕੂ ਲਗੇ ਥੇ ਕਿਸੇ ਕੋ, ਇਨਕੇ ਚਾਕੂ ਕੋ ਲਗੇ। ਹਾਂ ਫਿਰ ਕੀ ਕੀਆ ਉਸਕੇ ਬਾਅਦ? ਉਸਕੇ ਬਾਅਦ ਉਹ ਵਹਾਂ ਗਿਰ ਗਏ। ਔਰਤ ਥੀ ਵਹਾਂ ਪਰ? ਹਾਂ ਔਰਤ ਥੀ। ਔਰ ਆਦਮੀ ਕਹਾਂ ਗਿਰਾ ਪੜਾ ਥਾ? ਵੋ ਅੰਦਰ ਪੜਾ ਥਾ। ਦੋਨੋਂ ਮਰ ਗਏ ਥੇ? ਹਾਂ। ਧਰਤੀ ਖੂਨ ਨਾਲ ਲੱਥਪੱਥ ਹੈ, ਇੱਕ ਪਾਸੇ ਉੱਤੇ ਇਸ ਤਰ੍ਹਾਂ ਹਥਿਆਰ ਪਿਆ ਜਿਸ ਦੇ ਨਾਲ ਰਾਤ ਦੇ ਹਨੇਰੇ ਵਿੱਚ ਫਾਇਦਾ ਚੁੱਕੇ ਹਮਲਾਵਰਾਂ ਨੇ ਇਸ ਘਰ 'ਚ ਵੜ ਕੇ ਦੋਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ। ਪ੍ਰਵਾਸੀ ਪਤੀ ਪਤਨੀ ਇਸੇ ਮਕਾਨ 'ਚ ਕਿਰਾਏ 'ਤੇ ਰਹਿੰਦੇ ਸਨ, ਪਤੀ ਬਬਲੂ ਦੀ ਮੌਕੇ 'ਤੇ ਮੌਤ ਹੋ ਗਈ, ਪਤਨੀ ਮਨਸੂਰਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹਨਾਂ ਦੀ ਜੀ ਕੁਛ ਟਾਈਮ ਤੋਂ ਥੋੜ੍ਹੀ ਬਹੁਤ ਅਣਬਣ ਚੱਲ ਰਹੀ ਸੀਗੀ, ਥੋੜ੍ਹੀ ਬਹੁਤ ਇੰਨੀ ਕੋਈ ਜ਼ਿਆਦਾ ਮੇਜਰ ਇਸ਼ੂ ਨੂੰ ਲੈ ਕੇ ਤਾਂ ਨਹੀਂ ਸੀ, ਪਰ ਜਦੋਂ ਇਹ ਪਰਸੋਂ ਉੱਥੋਂ ਸਮਾਨ ਲੈਣ ਗਏ ਉਦੋਂ ਇਹਨਾਂ ਦੀ ਜ਼ਿਆਦਾ ਤਕਰਾਰਬਾਜ਼ੀ ਹੋ ਗਈ
ਤੇ ਦੋਨਾਂ ਪਾਸਿਆਂ ਨੇ ਇੱਕ ਦੂਜੇ ਨਾਲ ਕਾਫੀ ਕਹਾ ਸੁਣੀ ਹੋਈ ਤੇ ਇੱਕ ਜਿਹੜਾ ਅਕਿਊਜ਼ਡ ਸੀਗਾ ਚਰਨਪ੍ਰੀਤ ਸਿੰਘ ਆਲੀਅਸ ਮੋਨੂ ਉਹਦੇ ਕੋਲ ਜਿਹੜਾ ਚਾਕੂ ਸੀਗਾ ਤੇ ਚਾਕੂ ਨਾਲ ਉਹਨੇ ਵਾਰ ਕਰਕੇ ਦੋਨਾਂ ਦਾ ਕਤਲ ਕਰ ਦਿੱਤਾ। ਬੰਗਾਲ ਦਾ ਰਹਿਣ ਵਾਲਾ ਇਹ ਜੋੜਾ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਹਮਲਾਵਰ ਪਹਿਲਾਂ ਇਸੇ ਹੀ ਮਕਾਨ 'ਚ ਰਹਿੰਦੇ ਸਨ ਤੇ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਸੀ। ਪੁਲਿਸ ਨੇ ਮਹਿਲਾ ਦੇ ਸਮੇਤ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਤੋਂ ਮਨੋਜ ਰਾਠੀ, ਨਿਊਜ਼ 18, ਪੰਜਾਬ।